ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਹਾਂਜੀ ਪਹਿਲਾਂ ਵੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਟੌਪਿਕ ਆ ਜਿਹੜਾ ਕਵਰ ਕਰ ਚੁੱਕੇ ਹਾਂ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਜਿਹੜੇ ਕਿ ਮੈਨੂੰ ਲੱਗ ਰਿਹਾ ਸੀ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਆਪਾਂ ਕੀਤੇ ਸੀ ਕਿਉਂ ਕਿ ਪੇਪਰ ਏ ਆ ਉਹ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਵਿੱਚੋਂ ਪੁੱਛਿਆ ਜਾ ਰਿਹਾ ਏ ਤਾਂ ਇਸ ਕਰਕੇ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਿਡ ਬਣ ਸਕਦੇ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਠੀਕ ਹੈ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਵਿੱਚ ਜਾ ਕੇ ਜਿਵੇਂ ਦੇ ਐਮਸੀਕਿਊ ਐਗਜ਼ਾਮ ਦੇ ਵਿੱਚ ਆਉਂਦੇ ਨੇ ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ MCQ ਕਵਰ ਕਰਾਂਗੇ ਜਿਹੜੇ ਸਟੂਡੈਂਟਸ ਨੇ ਪਹਿਲਾਂ ਕਲਾਸਿਸ ਲਗਾਈਆਂ ਨੇ ਉਹ ਐਜ਼ ਆ ਰਿਵੀਜ਼ਨ ਟੈਸਟ ਮੰਨ ਕੇ ਮੇਰੇ ਨਾਲ ਵੀਡੀਓ ਨੂੰ ਅਟੈਂਪਟ ਕਰ ਸਕਦੇ ਨੇ ਤੇ ਦੂਸਰੀ ਗੱਲ ਮੇਨ ਗੱਲ ਇਹ ਆ ਕਿ ਇਹ ਇਹ ਜੋ ਟੌਪਿਕ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਪੇਪਰ A ਤੇ ਪੇਪਰ B ਦੋਹਾਂ ਦੇ ਲਈ ਹੀ ਬਹੁਤ ਇੰਪੋਰਟੈਂਟ ਟੌਪਿਕ ਆ ਜਾਨੀ ਕਿ ਪੰਜਾਬੀ ਐਲੀਜੀਬਿਲਿਟੀ ਟੈਸਟ ਲਈ ਵੀ ਤੇ ਮੇਨ ਪੇਪਰ ਦੇ ਲਈ ਵੀ ਇਸ ਕਰਕੇ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਣਾ ਤੇ ਪੇਪਰ A ਤੁਹਾਡਾ ਪੇਪਰ B ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਜੇਕਰ ਦੇ ਵਿੱਚੋਂ 50% ਨੰਬਰ ਲਾਉਂਗੇ ਫਿਰ ਵੀ ਤੁਸੀਂ ਪੇਪਰ ਵੀ ਦੇ ਲਈ ਕੁਆਲੀਫਾਈ ਮੰਨੇ ਜਾਓਗੇ ਠੀਕ ਹੈ ਤਾਂ ਇਸ ਕਰਕੇ ਆਪਾਂ ਫਿਰ ਤੋਂ ਕਲਾਸਾਂ ਸਟਾਰਟ ਕੀਤੀਆਂ ਨੇ ਤਾਂ ਜੋ ਤੁਹਾਨੂੰ ਪੂਰੀ ਡੂੰਘਾਈ ਦੇ ਨਾਲ ਤੁਹਾਡਾ ਜਿਹੜਾ ਚੈਪਟਰ ਆ ਉਹ ਕਲੀਅਰ ਕਰਵਾ ਦਿੱਤਾ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਟਫ ਲੈਵਲ ਦੇ MCQ ਲੈ ਜਾ ਰਹੇ ਨੇ ਪੇਪਰ ਦੇ ਵਿੱਚ ਤੇ ਉਹ ਸਾਰੇ ਆਪਾਂ ਲੋਅ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਕਵਰ ਕਰਾਂਗੇ ਤਾਂ ਜਦੋਂ ਧੇਰ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਸਿੱਖ ਧਰਮ ਦਾ ਸੰਸਥਾਪਕ ਕੌਣ ਸੀ ਤਾਂ ਤੁਹਾਨੂੰ ਦੇਖ ਕੇ ਹੀ ਪਤਾ ਲੱਗ ਗਿਆ ਹੁਣ ਐਮਸੀ ਕੀ ਉਹਨੂੰ ਕਿ ਸਿੱਖ ਧਰਮ ਦੇ ਸੰਸਥਾਪਕ ਕੌਣ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸੀ ਤੇ ਇਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਸ਼੍ਰੀ ਨਨਕਾਣਾ ਸਾਹਿਬ ਜਾਨੀ ਕਿ ਰਾਇਪੋਏ ਦੀ ਤਲਵੰਡੀ ਵਿਖੇ ਪਾਕਿਸਤਾਨ ਦੇ ਵਿੱਚ ਹੋਇਆ ਜ਼ਿਲ੍ਹਾ ਕਿਹੜਾ ਲੱਗਦਾ ਸੀ ਸੇਖੂਪੁਰਾ ਠੀਕ ਹੈ ਨੈਕਸਟ ਹੈ ਜੀ ਮਿੱਟੀ ਤੁੰਦਜਗ ਚਾਨਣ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਇਹ ਸ਼ਬਦ ਕਿਸ ਨੇ ਫਰਮਾਏ ਹਾਂਜੀ ਇਹ ਸ਼ਬਦ ਫਰਮਾਏ ਸੀ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਭਾਈ ਗੁਰਦਾਸ ਜੀ ਦੇ ਨੇ ਉਹਨਾਂ ਨੇ ਕਿਹਾ ਸੀ ਕਿ ਮਿੱਟੀ ਤੋਂ ਦਜਗ ਚਾਨਣ ਹੋਇਆ ਕਿ ਆ ਗਿਆਨਤਾ ਦਾ ਜਿਹੜਾ ਹਨੇਰਾ ਵਾ ਉਹ ਪਰੇ ਹੋ ਗਿਆ ਤੇ ਚਾਨਣ ਹੋ ਗਿਆ ਮਤਲਬ ਗਿਆਨ ਦਾ ਚਾਨਣ ਹੋ ਗਿਆ ਆ ਗਿਆਨਤਾ ਦੀ ਜਿਹੜੀ ਤੁੰਦਸ਼ਾਈ ਹੋਈ ਸੀ ਉਹ ਪਰੇ ਹੋ ਗਈ ਆ ਤੇ ਜਦੋਂ ਸਤਗੁਰੂ ਨਾਨਕ ਪ੍ਰਗਟੇ ਸੀ ਜਾਣ ਕੇ ਉਹਨਾਂ ਦਾ ਜਨਮ ਹੋਇਆ ਸੀ ਤੈ ਪਾਈ ਗੁਰਦਾਸ ਜੀ ਦੇ ਸ਼ਬਦ ਨੇ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਹੈ ਜੀ ਪੰਜਾਬੀ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸੀ ਹਾਂਜੀ ਸਿੱਖ ਧਰਮ ਦੇ ਸੰਸਥਾਪਕ ਭਗਤੀ ਅੰਦੋਲਨ ਦੇ ਸੰਸਥਾਪਕ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਦੇ ਮੂਢੀ ਕੌਣ ਸਨ ਹਾਂਜੀ ਸਿੱਖ ਧਰਮ ਦੇ ਮੂਢੀ ਕੌਣ ਸਨ ਸਿੱਖ ਧਰਮ ਦੇ ਮੋਢੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ অপਸ਼ਨ ਨੰਬਰ ਏ ਇਜ਼ ザ ਰਾਈਟ ਆਨਸਰ ਨੈਕਸਟ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀਗੇ ਬਾਬਰ অপਸ਼ਨ ਨੰਬਰ ਬੀ ਇਜ਼ ザ ਰਾਈਟ ਆਨਸਰ ਨੈਕਸਟ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਸੀ ਮਹਿਤਾ ਕਾਲੂ ਇਹਨਾਂ ਦਾ ਪੂਰਾ ਨਾਮ ਸੀ ਸ਼੍ਰੀ ਮਹਿਤਾ ਕਲਿਆਣ ਦਾਸ ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਦੇਵੀ ਜੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਸ਼੍ਰੀ ਮਹਿਤਾ ਕਾਲੂ ਤੁਹਾਨੂੰ ਇੱਥੇ অপਸ਼ਨ ਲਿਖੀ ਦਿਖ ਰਹੀ ਆ ਸ਼੍ਰੀ ਫੇਰੂ ਮੱਲ ਜੀ ਯਾਨੀ ਕਿ ਭਾਈ ਫੇਰੂ ਮੱਲ ਜੀ ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਸਨ ਠੀਕ ਹੈ ਨੈਕਸਟ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਗਿਆ ਹੈ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਬੋਲਿਆ ਜਾਂਦਾ ਹੈ ਵੈਰੀ ਇੰਪੋਰਟੈਂਟ ਐਂਡ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਧੀਆ ਐਮਸੀਕਿਊ ਆ ਇਹ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਜਾਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ਉਦਾਸੀਆਂ ਆਪਸ਼ਨ ਨੰਬਰ ਇਥੇ ਸੀ ਰਾਈਟ ਆਨਸਰ ਹੈ ਜੀ ਤੁਹਾਡੇ ਕੋਲ ਠੀਕ ਹੈ ਸੀ ਆਪਸ਼ਨ ਨੈਕਸਟ ਹੈ ਕਰਤਾਰਪੁਰ ਜਾਣਿ ਕਿ ਪਾਕਿਸਤਾਨ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਠੀਕ ਹੈ ਤੇ ਇਸ ਕਰਤਾਰਪੁਰ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਇੱਕ ਕਰਤਾਰਪੁਰ ਆਪਣੇ ਇਧਰ ਜਲੰਧਰ ਵਾਲੀ ਸਾਈਡ ਆ ਠੀਕ ਹੈ ਇਹ ਕਰਤਾਰਪੁਰ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਹੈ ਜੀ ਕਰਤਾਰਪੁਰ ਪਾਕਿਸਤਾਨ ਜਣ ਕੇ ਕਿ ਕਿਹੜੇ ਦਰਿਆ ਦੇ ਕੰਡੇ ਤੇ ਸਥਿਤ ਹੈ ਤਾਂ ਕਿਹੜੇ ਦਰਿਆ ਦੇ ਕੰਡੇ ਤੇ ਸਥਿਤ ਤਾਂ ਰਾਵੀ ਤੇ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਰਾਵੀ ਅੱਧਾ ਪੰਜਾਬ ਵਿੱਚ ਅੱਧਾ ਪਾਕਿਸਤਾਨ ਦੇ ਵਿੱਚ ਨੈਕਸਟ ਹੈ ਸਹੀ ਜੋੜ ਬਣਾਓ ਹਾਂਜੀ ਇੱਕ ਸਾਈਡ ਉਦਾਸੀ ਦਾ ਨਾਮ ਲਿਖਿਆ ਤੇ ਦੂਸਰੀ ਸਾਈਡ ਸਥਾਨ ਦਾ ਨਾਮ ਲਿਖਿਆ ਆਪਾਂ ਤੁਹਾਨੂੰ ਦੱਸੀਏ ਪਹਿਲੀ ਜਿਹੜੀ ਉਦਾਸੀ ਆ ਇਹ ਪੂਰਬ ਦਿਸ਼ਾ ਦੇ ਵਿੱਚ ਹੋਈ ਸੀ ਕਦੋਂ ਹੋਈ ਸੀ ਸੰਨ 1900 ਸੌਰੀ ਸੰਨ 1497 ਤੋਂ 1508 ਇਸਵੀ ਤੱਕ ਉਦਾਸੀ ਕੀਤੀ ਸੀ ਪਹਿਲੀ ਉਦਾਸੀ ਪੂਰਬ ਦਿਸ਼ਾ ਦੇ ਵਿੱਚ ਗੁਰੂ ਜੀ ਨੇ ਇਸ ਦੇ ਵਿੱਚ ਗੁਰੂ ਜੀ ਨੇ ਸ਼ਿਆਦਪੁਰ ਕੁਰੂਕ ਖੇਤਰ ਹਰਦੁਆਰ ਦਿੱਲੀ ਪਾਣੀਪਤ ਬਨਾਰਸ ਗੋਰਖ ਮਤਾ ਠਿੱਕੇ ਤੇ ਕਾਮਰੂਪੜ ਡਾਕਾ ਜਗਨਨਾਥ ਪੁਰੀ ਆਗਰਾ ਇਦਾਂ ਦੇ ਸਥਾਨਾਂ ਦੀ ਜਿਹੜੀ ਇਹਨਾਂ ਸਥਾਨਾਂ ਦੀ ਜਿਹੜੀ ਯਾਤਰਾ ਕੀਤੀ ਸੀਗੇ ਉਸ ਉਦਾਸੀ ਦੇ ਵਿੱਚ ਤੇ ਪਹਿਲੀ ਉਦਾਸੀ ਹੈ ਜਿਹੜੀ ਇਹਨਾਂ ਨੇ ਇਸ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਪਹਿਲੀ ਉਦਾਸੀ ਦੀ ਜੇ ਆਪਾਂ ਗੱਲ ਕਰੀਏ ਤਾਂ ਹਰ ਦੁਆਰ ਰਾਈਟ ਆਨਸਰ ਆ ਰਿਹਾ ਹੈ ਠੀਕ ਹੈ ਜੀ ਫਿਰ ਅੱਗੇ ਦੂਸਰੀ ਉਦਾਸੀ ਦੱਖਣ ਦਿਸ਼ਾ ਦੇ ਵੱਲ ਕੀਤੀ ਗਈ ਸੀ ਦੱਖਣ ਦੇ ਵੱਲ ਧਿਆਨ ਦਿਓ ਠੀਕ ਹੈ ਤੇ ਇਸ ਦੱਖਣ ਦੇ ਵੱਲ ਜਦੋਂ ਹੀ ਦੂਸਰੀ ਉਦਾਸੀ ਕੀਤੀ ਗਈ ਹੈ ਤਾਂ ਇਹ 1510 ਤੋਂ 1515 ਈਸਵੀ ਤੱਕ ਕੀਤੀ ਗਈ ਗੁਰੂ ਜੀ ਇੱਕ ਉਦਾਸੀ ਕਵਰ ਕਰ ਲੈਂਦੇ ਸੀ ਫਿਰ ਆਪਣੇ ਕਰਤਾਰਪੁਰ ਦੇ ਵਿੱਚ ਆ ਜਾਂਦੇ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਫਿਰ ਤੋਂ ਸ਼ੁਰੂ ਕਰਦੇ ਸੀਗੇ ਤਾਂ ਹੁਣ ਤਖਨ ਦੀਸ਼ਾ ਦੇ ਵਿੱਚ 1510 ਤੋਂ 1500 15 ਈਸਵੀ ਤੱਕ ਕੀ ਉਦਾਸੀ ਕੀਤੀ ਇਹਨਾਂ ਨੇ ਕਿਹੜੇ-ਕਿਹੜੇ ਸਥਾਨ ਕਵਰ ਕੀਤੇ ਸੀ ਬੀਕਾਨੇਰ ਜੈਸਲਮੇਰ ਅਜਮੇਰ ਉਸੇਨ ਹైదరాబాద్ ਗੋਲਕੁੰਡਾ ਰਮੇਸ਼ਵਰ ਸ਼੍ਰੀਲੰਕਾ ਕੋਚੀਨ ਗੁਜਰਾਤ ਦਵਾਰਿਕਾ ਸਿੰਧ ਮੁਲਤਾਨ ਤਾਂ ਕੀ ਰਾਈਟ ਆਨਸਰ ਹੋਵੇਗਾ ਇੱਥੇ অপশন শ্রীলঙ্কা দ্বিতীয় ਦਾ ਸੀ শ্রীলঙ্কা ਦੇ ਵਿੱਚ ਕੀ ਠੀਕ ਹੈ ਫਿਰ ਤੀਸਰੀ ਉਦਾਸੀ ਦੇਖਦੇ ਹਾਂ ਤੀਸਰੀ ਉਦਾਸੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਉੱਤਰ ਦੇਸ਼ਾ ਦੇ ਵਿੱਚ ਹੋਈ ਸੀ ਤੀਸਰੀ ਉਦਾਸੀ 1516 ਈਸਵੀ ਤੋਂ 1518 ਈਸਵੀ ਤੱਕ ਕਵਰ ਕੀਤੀ ਸੀ ਉਦਾਸੀ ਗੁਰੂ ਜੀ ਨੇ ਇਸ ਦੇ ਵਿੱਚ ਕਾਂਗੜਾ ਚੰਬਾ ਕਸ਼ਮੀਰ ਕਾਟੀ ਕਲਾਸ਼ ਪਹਾੜ ਸरोवर ਝੀਲ مانਸਰੋਵਰ ਝੀਲ ਤਿੱਬਤ ਲਦਾਖ ਜੰਮੂ ਤੇ ਅਮਰਨਾਥ ਸ਼੍ਰੀਨਗਰ ਸ਼੍ਰੀਨਗਰ ਤੀਜੀ ਉਦਾਸੀ ਦੇ ਵਿੱਚ ਸਥਾਨ ਜਿਹੜੇ ਗੁਰੂ ਜੀ ਨੇ ਕਵਰ ਕੀਤੇ ਸੀ ਤਾਂ ਰਾਈਟ ਆਨਸਰ ਇੱਥੇ ਆੜਾ ਅਮਰਨਾਥ ਚੌਥੀ ਉਦਾਸੀ ਗੁਰੂ ਜੀ ਨੇ ਪੱਛਮ ਦਿਸ਼ਾ ਦੇ ਵੱਲ ਕੀਤੀ ਸੀ ਜਿਹੜੀ ਕਿ ਸਨ 1518 ਈਸਵੀ ਤੋਂ 1522 ਈਸਵੀ ਤੱਕ ਕਵਰ ਕੀਤੀ ਸੀ ਤੇ ਇਸ ਦੇ ਵਿੱਚ ਮੱਕਾ ਮਦੀਨਾ ਬਗਦਾਦ ਪਾਕਪਟਨ ਈਰਾਨ ਕਾਬੂਲ ਪਸ਼ਾਵਰ ਠੀਕ ਹੈ ਇਹ ਉਦਾਸੀਆਂ ਇੱਧਰ ਇਸ ਥਾਨਾਂ 'ਚ ਕੀਤੀਆਂ ਸੀਗੀਆਂ ਤਾਂ ਇੱਥੇ ਰਾਈਟ ਆਨਸਰ ਹੈ ਚੌਥੀ ਉਦਾਸੀ ਦਾ ਮੱਕਾ ਮਦੀਨਾ ਤਾਂ ਹੁਣ ਤੁਸੀਂ ਦੇਖੋ ਪਹਿਲੇ ਦਾ ਸ ਸੋ ਦੂਸਰੇ ਦਾ ਈ ੜੀ ਤੇ ਤੀਸਰੇ ਦਾ ਆੜਾ ਤੇ ਇਹਦਾ ਈ ਆਪਾਂ ਕਹਿ ਸਕਦੇ ਹਾਂ ਊੜਾ ਠੀਕ ਹੈ ਚੌਥੇ ਦਾ ਤੇ ਕਿਹੜੀ ਆਪਸ਼ਨ ਦੇ ਵਿੱਚ ਆ ਉਹ ਚੈੱਕ ਕਰਕੇ ਆਪਾਂ ਟਿਕ ਕਰ ਦਵਾਂਗੇ ਤਾਂ ਹਾਂਜੀ ਬਾਈ ਮਿਸਟੇਕ ਇੱਥੇ ਮੈਂ ਆਪਸ਼ਨਾਂ ਨਹੀਂ ਟਾਈਪ ਕਰੀਆਂ ਤਾਂ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੀਆਂ ਵੀ ਆਪਸ਼ਨਾਂ ਉਮੇ ਤੁਹਾਨੂੰ ਅੱਗੇ 1 2 MCQ ਇਸ ਤਰ੍ਹਾਂ ਦੇ ਹੈਗੇ ਆ ਤੁਹਾਨੂੰ ਪਤਾ ਲੱਗ ਜਾਵੇਗਾ ਹੁਣ ਤੁਸੀਂ ਇੱਥੇ ਆਪਾਂ ਕੋਈ ਵੀ ਆਪਸ਼ਨ ਲਗਾ ਲੈਣੇ ਆ ਕਿ ਪਹਿਲੇ ਦਾ ਸੱਸਾ ਸੀ ਦੂਜੇ ਦਾ ਵੀ ਸੱਸਾ ਸੀ ਤੀਜੇ ਦਾ ਵੀ ਊੜਾ ਸੀ ਚੌਥੇ ਦਾ ਆੜਾ ਸੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਿਓ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਸੀਗਾ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤ ਹੋਇਆ ਸੀ ਨਾ ਨਾ ਕੋਈ Hindu ਨਾ ਕੋਈ ਮੁਸਲਮਾਨ ਠੀਕ ਹੈ ਇਹ ਗਿਆਨ ਦੀ ਗਿਆਨ ਦਾ ਪ੍ਰਚਾਰ ਕਰਨ ਦੇ ਲਈ ਗੁਰੂ ਜੀ ਨੇ ਉਦਾਸੀਆਂ ਕੀਤੀਆਂ ਸੀ ਮਤਲਬ ਆਪਣੇ ਆਤਮ ਗਿਆਨ ਦਾ ਪ੍ਰਚਾਰ ਕਰਨਾ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਜਾਈ ਆਲਾ ਆ ਸਕਦਾ ਤੁਹਾਨੂੰ ਪ੍ਰਾਪਤ ਗਿਆਨ ਦਾ ਪ੍ਰਚਾਰ ਕਰਨਾ ਮੁੱਖ ਉਦੇਸ਼ ਸੀਗਾ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਹਾਂਜੀ ਸਿੱਖ ਧਰਮ ਦੇ ਵਿੱਚ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿੰਨਾ ਨੇ ਕੀਰਤਨ ਦੀ ਪ੍ਰਥਾ ਸ਼ੁਰੂ ਕੀਤੀ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ অপਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਤੁਸੀਂ ਯਾਦ ਰੱਖਣਾ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਾਲੀ ਬੇਈ ਦੇ ਸਥਾਨ ਤੇ ਯਾਨੀ ਕਿ ਕਾਲੀ ਬੇਈ ਨਦੀ ਦੇ ਵਿੱਚ ਹੋਈ ਸੀ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਸ ਨਦੀ ਦੇ ਵਿੱਚ ਗੁਰੂ ਜੀ ਤਿੰਨ ਦਿਨ ਆਲੋਪ ਰਹੇ ਸੀ ਤਿੱਕੇ ਤਿੰਨ ਦਿਨਾਂ ਬਾਅਦ ਜਦੋਂ ਗੁਰੂ ਜੀ ਪ੍ਰਗਟ ਹੋਈ ਤਾਂ ਉਹਨਾਂ ਨੇ ਇਹ ਸ਼ਬਦ ਆਖੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਬੋਲਦੇ ਆ ਸਿੱਖ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਗੁਰਗੱਦੀ ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ ਹਾਂਜੀ ਸਿੱਖ ਧਰਮ ਦੇ ਵਿੱਚ ਗੁਰਗੱਦੀ ਦੀ ਪਰੰਪਰਾ ਨੂੰ ਸ਼ੁਰੂ ਕੀਤਾ ਦੇਖੋ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਅੱਗੇ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ ਜੈਨਕੀ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ ਸੀ ਤਾਂ ਫਿਰ ਪਰੰਪਰਾ ਕਿਸ ਨੇ ਸ਼ੁਰੂ ਕਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਕਿ ਸਿੱਖ ਧਰਮ ਵਿੱਚ ਗੁਰਗੱਦੀ ਦੀ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸ਼ੁਰੂ ਕੀਤੀ ਸੀ ਨੈਕਸਟ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਿੱਥੇ ਬਤੀਤ ਕੀਤਾ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਦੇ ਵਿੱਚ ਬਤੀਤ ਕੀਤਾ ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਮਲਿਕ ਪਾਗੋ ਕੌਣ ਸੀ ਹਾਂਜੀ ਮਲਿਕ ਪਾਗੋ ਭਾਈ ਲਾਲੋ ਇਹਦਾ ਤੇ ਸੱਜਣ ਸੱਜਣ ਠੱਗ ਇਹਨਾਂ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ ਜਿਹੜਾ ਮਲਿਕ ਪਾਗੋ ਸੀਗਾ ਇਹ ਅਮੀਰ ਸੀ ਠੀਕ ਹੈ ਆਪਸ਼ਨ ਸੀਜ਼ਰ ਆ ਰਾਈਟ ਆਨਸਰ ਮਲਿਕ ਪਾਗੂ ਅਮੀਰ ਸੀਗਾ ਇਹਨਾਂ ਨੇ ਵੀ ਗੁਰੂ ਜੀ ਨੂੰ ਆਪਣੇ ਘਰ ਰੋਟੀ ਖਾਣੇ ਖਾਣੇ ਖਾਣ ਲਈ ਬੁਲਾਇਆ ਸੀ ਠੀਕਾ ਖਾਣੇ ਤੇ ਬੁਲਾਇਆ ਸੀ ਤੇ ਭਾਈ ਲਾਲੋ ਵੀ ਸੀਗੇ ਇੱਕ ਸਾਈਡ ਤੇ ਇਹਨਾਂ ਨੇ ਵੀ ਆਪਣੇ ਘਰ ਗੁਰੂ ਜੀ ਨੂੰ ਖਾਣਾ ਖਾਣ ਲਈ ਬੁਲਾਇਆ ਸੀ ਤੇ ਭਾਈ ਲਾਲੋ ਕੌਣ ਸੀ ਇਹ ਇੱਕ ਗਰੀਬ ਤਰਖਾਨ ਸੀ অপਸ਼ਨ ਨੰਬਰ ਡੀ ਇਜ਼ ਆ ਰਾਈਟ ਆਨਸਰ ਨੈਕਸਟ ਹੈ ਜੀ ਮਲਿਕ ਭਾਗੋ ਤੇ ਭਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਮਲਿਕ ਭਾਗੋ ਅਤੇ ਭਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੀ ਉਦਾਸੀ ਦੇ ਸਮੇਂ ਹੋਈ ਠੀਕ ਹੈ ਕਿਸੇ ਵੀ ਤਰ੍ਹਾਂ ਕਮਾ ਫਰੈ ਕਿ ਆ ਸਕਦਾ ਤਾਂ ਹੁਣ ਮੈਂ ਤੁਹਾਨੂੰ ਸ਼ਯਦਪੁਰ ਦੱਸਦਾ ਸ਼ਯਦਪੁਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਪਹਿਲੀ ਉਦਾਸੀ ਹੋਈ ਸੀ ਠੀਕ ਹੈ ਤਾਂ ਆਪਸ਼ਨ ਨੰਬਰ ਸੀ ਇਥੇ ਰਾਈਟ ਆਨਸਰ ਹੈ ਤੇ ਤੁਸੀਂ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਠੀਕ ਹੈ ਉਦਾਸੀਆਂ ਦੇ ਸਥਾਨ ਲਿਖ ਲੈਣਾ ਕਿ ਕਿਹੜੀ ਉਦਾਸੀ ਕਿਹੜੀ ਦਿਸ਼ਾ ਚ ਕਿੱਥੇ-ਕਿੱਥੇ ਹੋਈ ਨੈਕਸਟ ਹੈ ਸੱਜਣ ਠੱਗ ਹਾਂਜੀ ਸੱਜਣ ਕੌਣ ਸੀ ਮੈਂ ਆਪ ਹੀ ਦਾ ਆਨਸਰ ਬੋਲ ਦਿੰਦਾ ਕਿ ਠੱਗ ਸੀ ਆਪਸ਼ਨ ਏ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਸੱਜਣ ਠੱਗ ਦੀ ਗੁਰੂ ਨਾਨਕ ਦੇਵ ਜੀ ਦੀ ਦੇ ਨਾਲ ਮੁਲਾਕਾਤ ਕਿੱਥੇ ਹੋਈ ਹਾਂਜੀ ਸੱਜਣ ਠੱਗ ਜੋ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਕਿੱਥੇ ਹੋਈ ਸੀ ਤਾਂ ਲੁੰਬਾ ਚ ਹੋਈ ਸੀ ਕਿਹੜੀ ਉਦਸੀ ਚ ਹੋਈ ਸੀ ਤੀਸਰੀ ਉਦਸੀ ਚ ਹੋਈ ਸੀ ਇਸ ਗੱਲ ਦਾ ਵੀ ਹੈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੋਰਖਮਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਕੀ ਹੈ ਗੋਰਖਮਤਾ ਨਾਮਕ ਸਥਾਨ ਦਾ ਆਧੁਨਿਕ ਨਾਮ ਹੈ ਨਾਨਕ ਮਤਾ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਕਿ ਨਾਨਕ ਮਤਾ ਗੋਰਖ ਮਤਾ ਨਾਮਕ ਸਥਾਨ ਦਾ ਆਧੁਨਿਕ ਨਾਮ অপਸ਼ਨ D ਇਸ ਆ ਰਾਈਟ ਆਂਸਰ ਹੈ। ਨੈਕਸਟ ਹੈ ਮਾਨਸ ਕੀ ਜਾਤ ਸਵੇ ਇੱਕ ਪਹਿਚਾਨ ਵੋ ਇਹ ਸ਼ਬਦ ਕਿਹੜੇ ਪੁਰਖ ਦੇ ਹਨ? ਹਾਂਜੀ ਕਿਹੜੇ ਮਹਾਨ ਪੁਰਖ ਦੇ ਸ਼ਬਦ ਆ ਕਿ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਵੋ ਤਾਂ ਇਹ ਸ਼ਬਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿ ਠੀਕ ਹੈ অপਸ਼ਨ D ਇਸ ਆ ਰਾਈਟ ਆਂਸਰ ਹੈ। ਨੈਕਸਟ ਹੈ ਜੀ ਸਭ ਤੋਂ ਪਹਿਲਾਂ ਕਿਹੜੇ ਵਿਅਕਤੀ ਨੂੰ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣਨ ਦਾ ਮਾਣ ਹਾਸਲ ਹੋਇਆ ਹਾਂ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਉਹ ਕਿਹੜੇ ਵਿਅਕਤੀ ਆ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣਨ ਦਾ ਮਾਣ ਹਾਸਲ ਹੋਇਆ ਤਾਂ ਉਹ ਨੇਗੇ ਜੀ ਪਾਈ ਲਾਲੋ ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਨੈਕਸਟ MCQ ਹੈ ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਹਾਂ ਜੀ ਗੁਰਦੁਆਰਾ ਨਾਮਕ ਸੰਸਥਾ ਦੀ ਸਥਾਪਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ অপশন ਨੰਬਰ B ਇਜ਼ ਦਾ রাইਟ ਆਂਸਰ ਨੈਕਸਟ ਹੈ ਨਾ ਕੋਈ Hindu ਨਾ ਕੋਈ ਮੁਸਲਮਾਨ ਇਹ ਬਾਤ ਕਿਹੜੇ ਧਰਮ ਨਾਲ ਸੰਬੰਧਿਤ ਹੈ ਹਾਂਜੀ ਨਾ ਕੋਈ Hindu ਨਾ ਕੋਈ ਮੁਸਲਮਾਨ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤ ਹੋਇਆ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਧਰਮ ਨਾਲ ਸੰਬੰਧਿਤ ਸਿੱਖ ਧਰਮ অপশন ਨੰਬਰ B ਇਜ਼ ਦਾ রাইਟ ਆਂਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਕੀ ਹੋਣਾ ਚਾਹੀਦਾ ਹੈ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖੀ ਜੀਵਨ ਦਾ ਅੰਤਿਮ ਉਦੇਸ਼ ਹੋਣਾ ਚਾਹੀਦਾ ਸੱਚਖੰਡ ਦੀ ਪ੍ਰਾਪਤੀ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਭਾਈ ਦਾ ਖਿਤਾਬ ਸਭ ਤੋਂ ਪਹਿਲਾਂ ਕਿਸ ਨੂੰ ਪ੍ਰਾਪਤ ਹੋਇਆ ਹਾਂਜੀ ਸਿੱਖ ਧਰਮ ਦੇ ਵਿੱਚ ਭਾਈ ਤੁਸੀਂ ਦੇਖਿਆ ਹੋਣਾ ਭਾਈ ਲਗਾਉਂਦੇ ਆ ਨਾ ਆਪਾਂ ਨਾਮ ਦੇ ਮੂਰੇ ਤਾਂ ਸਿੱਖ ਧਰਮ ਦੇ ਵਿੱਚ ਭਾਈ ਦਾ ਜਿਹੜਾ ਖਿਤਾਬ ਆ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਮਿਲਿਆ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਏਕ ਨੂਰ ਤੇ ਸਭ ਜਗ ਉਪਜੇ ਆ ਕੌਣ ਭਲੇ ਕੌਣ ਮੰਦੇ ਇਹ ਸ਼ਬਦ ਕਿਹੜੇ ਸਾਹਿਬ ਦੇ ਹਨ ਹਾਂਜੀ ਕਿਹੜੇ ਗੁਰੂ ਸਹਿਬਾਨ ਦੇ ਇਹ ਸ਼ਬਦ ਨੇ ਏਕ ਨੂਰ ਤੇ ਸਭ ਜਗ ਉਪਜੇ ਆ ਕੌਣ ਭਲੇ ਕੌਣ ਮੰਦੇ ਇਹ ਸ਼ਬਦ ਨੇ ਜੀ ਭਗਤ ਕਬੀਰ ਜੀ ਦੇ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਨੈਕਸਟ ਹੈ ਸੱਚਾ ਸੌਦਾ ਦੀ ਘਟਨਾ ਤੋਂ ਕੀ ਭਾਵ ਹੈ ਹਾਂਜੀ ਸੱਚੇ ਸੌਦੇ ਦੀ ਜਿਹੜੀ ਘਟਨਾ ਵਾ ਇਸ ਤੋਂ ਕੀ ਭਾਵ ਹੈ ਤੁਹਾਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ 200 ਰੁਪਏ ਦੇ ਸੀ ਕਿ ਜਾ ਕੇ ਕੋਈ ਵਪਾਰ ਕਰਕੇ ਆ ਠੀਕ ਹੈ ਤਾਂ ਉਹਨਾਂ ਨੇ ਕੀ ਕੀਤਾ ਸੀ ਭੁੱਖੇ ਸਾਧੂਆਂ ਨੂੰ ਭੋਜਨ ਸਕਾ ਕੇ ਇੱਕ ਤਰ੍ਹਾਂ ਨਾਲ ਲੰਗਰ ਦੀ ਪ੍ਰਥਾ ਵਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ ਠੀਕ ਹੈ ਤਾਂ ਭੁੱਖੇ ਸਾਧੂਆਂ ਨੂੰ ਭੋਜਨ ਕਰਵਾਉਣਾ ਸੱਚਾ ਸੌਦਾ ਦੇ ਘਟਨਾ ਸੀਗੀ অপশন B ਇਸ ਆ ਰਾਈਟ ਆਨਸਰ ਉਹਨਾਂ ਨੇ ਇਹਨਾਂ ਦੇ ਪਿਤਾ ਨੇ ਗੁਰੂ ਜੀ ਨੂੰ 20 ਰੁਪਏ ਦੇ ਕੇ ਸੱਚੇ ਸੌਦੇ ਆਪਾਂ ਕਹਿ ਸਕਦੇ ਆ ਸੱਚਾ ਸੌਦਾ ਕਰਨ ਲਈ ਭੇਜਿਆ ਸੀ ਉਹਨਾਂ ਨੇ ਕਿਹਾ ਸੀ ਕੋਈ ਸੌਦਾ ਕਰਕੇ ਆ ਕੋਈ ਵਪਾਰ ਦਾ ਕੰਮ ਕਰਕੇ ਆ ਤਾਂ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਕਰਵਾਇਆ ਸੀ ਠੀਕ ਹੈ ਨੈਕਸਟ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਜਾਨ ਹਾਂਜੀ ਉਹਨਾਂ ਔਰਤਾਂ ਨੂੰ ਕਿਉਂ ਮੰਦਾ ਆਖੀਏ ਜਿਨ੍ਹਾਂ ਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਇਹ ਸ਼ਬਦ ਕਿਹੜੇ ਗੁਰੂ ਸਹਿਬਾਨ ਦੇ ਸਨ ਤਾਂ অপਸ਼ਨ ਨੰਬਰ এ ਇਥੇ ਰਾਈਟ ਆਨਸਰ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਤੁਹਾਨੂੰ ਇਹ ਵੀ ਆ ਸਕਦਾ ਐ এমসি কিউ ਕਿ ਸਭ ਤੋਂ ਪਹਿਲਾਂ ਇਸਤਰੀਆਂ ਦੀ ਸਮਾਜ ਦੇ ਵਿੱਚ ਭੂਮਿਕਾ ਨੂੰ ਕਿੰਨਾ ਨੇ ਸਮਝਿਆ ਸੀ ਫਿਰ ਵੀ ਤੁਹਾਡਾ ਰਾਈਟ ਆਨਸਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਵੇਗਾ ਨੈਕਸਟ ਹੈ ਜੀ ਕਿਰਤ ਕਰਨ ਤੇ ਵੰਡ ਛਕਣ ਦਾ ਸਿਧਾਂਤ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ ਸੀ ਹਾਂਜੀ ਦੇਖੋ ਆਪਾਂ ਵੀ ਆਮ ਵੀ ਬੋਲ ਦਿੰਨੇ ਆ ਕਿ ਕਰਮ ਹੀ ਬੰਦੇ ਦਾ ਜਿਹੜਾ ਮੇਨ ਧਰਮ ਹੁੰਦਾ ਠੀਕ ਹੈ ਕਰਮ ਹੀ ਕਰਨਾ ਸਾਡਾ ਜਨਮ ਆ ਜਿਹੜਾ ਉਹ ਕਰਮ ਨਾਲ ਹੀ ਹੁੰਦਾ ਸਾਡਾ ਕੰਮ ਮਤਲਬ ਕਿ ਕਰਮ ਕਰਮ ਮਤਲਬ ਸਾਡਾ ਕੰਮ ਮਤਲਬ ਜੋ ਕੰਮ ਆ ਜਿਹੜਾ ਅਸੀਂ ਸਾਰੀ ਉਮਰ ਜਿੰਨਾ ਅਸੀਂ ਕੰਮ ਕਰੀ ਜਾਵਾਂਗੇ ਮਿਹਨਤ ਕਰੀ ਜਾਵਾਂਗੇ ਉਹਨਾਂ ਫਲ ਸਾਨੂੰ ਮਿਲੇ ਜਾਊਗਾ ਕਿਰਤ ਕਰਨ ਤੇ ਵੰਡ ਛਕਣਾ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾਂਤ ਦਿੱਤਾ ਸੀਗਾ অপশন এ ইজ দা রাইট আনসার। ਕਿਰਤ ਕਰਨਾ ਮਤਲਬ ਕੰਮ ਕਰਨਾ ਅਤੇ ਵੰਡ ਕੇ ਛਕਣਾ। ਠੀਕ ਹੈ। ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਲਈ ਕਿਹੜਾ ਮਾਰਗ ਉਚਿਤ ਦੱਸਿਆ ਸੀ? ਹਾਂਜੀ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਪ੍ਰਾਪਤੀ ਦੇ ਲਈ ਨਾਮ ਜਪਣਾ ਮਾਰਗ ਹੈ ਜਿਹੜਾ ਇਹ ਉੱਤਮ ਦੱਸਿਆ ਸੀ। অপশন ਨੰਬਰ ਡੀ ਇਜ਼ ਦਾ রাইট আনসার। ਨਾਮ ਦਾ ਮਾਰਗ। ਠੀਕ ਹੈ ਨਾਮ ਜਪਣਾ। ਨੈਕਸਟ ਹੈ ਮੁਗਲ ਬਾਦਸ਼ਾਹ ਬਾਬਰ ਨੇ ਹਾਂਜੀ ਮੁਗਲ ਬਾਦਸ਼ਾਹ ਬਾਬਰ ਨੇ ਕਿਹੜੇ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ਵੈਰੀ ਵੈਰੀ ਇੰਪੋਰਟੈਂਟ हां जी मुगल बादशाह बाबर ਉਹਨਾਂ ਨੇ ਆਪਣੇ ਤੀਜੇ ਹਮਲੇ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਤੀਜਾ ਹਮਲਾ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ हां जी ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਸਥਾਨ ਤੇ ਕੈਦ ਕਰਕੇ ਰੱਖਿਆ ਗਿਆ ਸੀਗਾ ਸ਼ਿਆਦ ਸ਼ਿਆਦਪੁਰ ਚ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਪਹਿਲੀ ਉਦਾਸੀ ਦੇ ਸਮੇਂ ਠੀਕ ਹੈ অপਸ਼ਨ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਹੈ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਬਾਬਰ ਬਾਣੀ ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਮਹਾਨ ਚੀਨੀ ਯਾਤਰੀ ਹਿਉਨ ਸੰਗ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕਿਹੜੇ ਇਤਿਹਾਸਕਾਰ ਨੇ ਕੀਤੀ ਹਾਂਜੀ ਮਹਾਨ ਚੀਨੀ ਯਾਤਰੀਆਂ ਹਿਉਨ ਸੰਗ ਇਨਾਂ ਦੇ ਨਾਲ ਗੁਰੂ ਨਾਨਕ ਤੇਜ ਜੀ ਦੀ ਤੁਲਨਾ ਕੀਤੀ ਡਾਕਟਰ ਐਸ ਐਸ ਕੋਹਲੀ ਨੇ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਵੈਸੇ ਆਨ ਇੰਪੋਰਟੈਂਟ ਆਮ ਸੀ ਕਿਉਂ ਪਰ ਜੇਕਰ ਕਿਸੇ ਐਗਜ਼ਾਮੀਨਰ ਨੇ ਬਹੁਤ ਹੀ ਜ਼ਿਆਦਾ ਟਫ ਲੈਵਲ ਦੇ ਵਿੱਚ ਪੇਪਰ ਲੈ ਜਾਣਾ ਹੋਵੇ ਤਾਂ ਇਹ ਫੇਰ ਆ ਸਕਦਾ ਠੀਕ ਹੈ ਨੈਕਸਟ ਹੈ ਸਹੀ ਜੋੜ ਬਣਾਓ ਤਾਂ ਇੱਕ ਧਰਮ ਦਾ ਨਾਮ ਲਿਖਿਆ ਇੱਕ ਉਹਨਾਂ ਦੇ ਅੰਤਿਮ ਉਦੇਸ਼ ਲਿਖਿਆ ਜਿਵੇਂ ਹਿੰਦ ਧਰਮ ਹਿੰਦ ਧਰਮ ਦੇ ਵਿੱਚ ਜਿਹੜਾ ਅੰਤਿਮ ਉਦੇਸ਼ ਕੀ ਆ ਮੁਕਤੀ ਠੀਕ ਹੈ ਸੇਮ ਇਸੇ ਤਰ੍ਹਾਂ ਜੈਨ ਧਰਮ ਦੀ ਗੱਲ ਕਰੀਏ ਆਪਾਂ ਜੈਨ ਧਰਮ ਦੇ ਵਿੱਚ ਜਿਹੜਾ ਅੰਤਿਮ ਉਦੇਸ਼ ਆ ਉਹ ਹੈਗਾ ਪਰਮ ਗਿਆਨ ਜਾਨੀ ਕਿ ਕੇਵਲਿਆ ਠੀਕ ਹੈ ਫਿਰ ਸਿੱਖ ਧਰਮ ਸਿੱਖ ਧਰਮ ਦੇ ਵਿੱਚ ਜੋ ਆਪਾਂ ਗੱਲ ਕਰੀਏ ਸਿੱਖ ਧਰਮ ਦੀ ਸਿੱਖ ਧਰਮ ਦਾ ਜਿਹੜਾ ਉਦੇਸ਼ ਆ ਉਹ ਹੈ ਸੱਚਖੰਡ ਹੈ ਠੀਕ ਹੈ ਬੁੱਧ ਧਰਮ ਦਾ ਹੈਗਾ ਨਿਰਵਾਣ ਤਾਂ ਦੇਖੋ ਇਹਦੇ ਵਿੱਚ ਹੁਣ ਕਿਹੜੀ ਆਪਸ਼ਨ ਬਣ ਰਹੀ ਆ ਪਹਿਲੇ ਦਾ ਊੜਾ ਪਹਿਲੇ ਦਾ ਊੜਾ ਦੂਜੇ ਦਾ ਸੱਸਾ ਪਹਿਲੇ ਦਾ ਊੜਾ ਤੇ ਦੂਜੇ ਦਾ ਸੱਸਾ ਆਪਸ਼ਨ ਡੀ ਚ ਪਿਆ ਵਾ ਤਾਂ ਆਪਸ਼ਨ ਡੀ ਹੀ ਇੱਥੇ ਰਾਈਟ ਆਨਸਰ ਹੋਵੇਗੀ ਠੀਕ ਹੈ ਜੀ ਨੈਕਸਟ ਹੈ ਜੀ ਸਿੱਖ ਇਤਿਹਾਸ ਵਿੱਚ ਕਿਹੜੀ ਸੰਸਥਾ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਹਾਂਜੀ ਸਿੱਖ ਧਰਮ ਦੇ ਵਿੱਚ ਕਿਹੜੀ ਸੰਸਥਾ ਸੀਗੀ ਜਿਹੜੀ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਇੱਕ ਤਾਂ ਗੁਰਦੁਆਰਾ ਦੂਸਰਾ ਸੰਗਤ ਪ੍ਰਥਾ ਤੀਸਰਾ ਪੰਗਤ ਪ੍ਰਥਾ ਤੇ ਚੌਥਾ ਗੁਰਗੱਦੀ ਮਤਲਬ ਕਿ ਉਪਰੋਕਤ ਸਾਰੇ ਹੀ ਆ ਜਿਹੜੇ ਇਹ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦਾ ਮੁੱਖ ਆਧਾਰ ਬਣੀ ਸੀ ਤਾਂ ਆਪਸ਼ਨ ਨੰਬਰ ਇਥੇ ਡੀ ਰਾਈਟ ਆਨਸਰ ਹੋਵੇਗਾ ਕਿ ਸਾਰੇ ਹੀ ਹਾਂਜੀ ਨੈਕਸਟ ਹੈ ਚੇਤਨਿਆ ਪ੍ਰਭੂ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਹੜੇ ਉਦਾਸੀ ਦੌਰਾਨ ਹੋਈ ਹਾਂਜੀ ਚੇਤਨਿਆ ਪ੍ਰਭੂ ਬਹੁਤ ਇੰਪੋਰਟੈਂਟ ਹੈ ਇਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਪਹਿਲੀ ਉਦਾਸੀ ਦੇ ਦੌਰਾਨ ਹੋਈ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਕਿਸ ਦੇ ਹਮਲੇ ਨੂੰ ਪਾਪਾਂ ਦੀ ਜੰਝ ਕਿਹਾ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਨੂੰ ਪਾਪਾਂ ਦੀ ਜੰਝ ਕਿਹਾ ਤੇ ਬਾਬਰ ਦਾ ਵਰਨਨ ਉਹਨਾਂ ਨੇ ਆਪਣੀ ਬਾਬਰ ਬਾਣੀ ਰਚਨਾ ਦੇ ਵਿੱਚ ਕੀਤਾ ਵਾ ਠੀਕ ਹੈ অপਸ਼ਨ ਨੰਬਰ ਇਥੇ ਬੀ ਰਾਈਟ ਆਨਸਰ ਹੈ ਬਾਬਰ ਨੈਕਸਟ ਹੈ ਜੀ ਸਿੱਖ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਜਿਹੜਾ ਸੀ ਉਹ ਕਿੱਥੇ ਸਥਾਪਿਤ ਕੀਤਾ ਗਿਆ ਤਾਂ ਤੁਲੰਬਾ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾ ਗੁਰਦੁਆਰਾ ਤੁਲੰਬਾ ਚ ਸਥਾਪਿਤ ਕੀਤਾ ਗਿਆ ਪਰ ਕੁਝ ਆਨਸਰ ਸਾਡੇ ਆਪਸ਼ਨ ਤੇ ਵੀ ਡਿਪੈਂਡ ਕਰਦੇ ਨੇ ਠੀਕ ਹੈ ਹੋ ਸਕਦਾ ਤੁਹਾਨੂੰ ਆਪਸ਼ਨਸ ਆ ਜਿਹੜੀਆਂ ਗੋਇੰਦਵਾਲ ਖੰਡੋਰ ਸਾਹਿਬ ਅੰਮ੍ਰਿਤਸਰ ਕਰਤਾਰਪੁਰਾ ਜੀ ਠੀਕ ਹੈ ਤਾਂ ਉਸ ਦੇ ਵੀ ਡਿਪੈਂਡ ਕਰਦੇ ਨੇ ਸਾਡੇ ਕੁਝ ਆਨਸਰ ਨੈਕਸਟ ਹੈ ਕਿਹੜਾ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸ਼ਾਸਕ ਨਹੀਂ ਸੀ ਹਾਂਜੀ ਇਹਨਾਂ ਦੇ ਵਿੱਚੋਂ ਸ਼ਿਕੰਦਰ ਲੋਧੀ ਇਬਰਾਹਿਮ ਲੋਧੀ ਤੇ ਬਾਬਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀ ਪਰ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਦਾ ਸਮਕਾਲੀਨ ਸੀ ਨਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ অপਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੈਰ ਮੁਸਲਿਮ ਵਪਾਰੀ ਵਰਗ ਵਿੱਚ ਕਿਹੜਾ ਧਰਮ ਪ੍ਰਚਲਿਤ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੈਰ ਮੁਸਲਿਮ ਵਪਾਰੀ ਵਰਗ ਦੇ ਵਿੱਚ ਜੈਨ ਧਰਮਾ ਜਿਹੜਾ ਇਹ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਪਰਚਲਿਤ ਸੀਗਾ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੈਰ ਮੁਸਲਿਮ ਵਪਾਰੀ ਵਰਗ ਦੇ ਵਿੱਚ ਜੈਨ ਧਰਮਾ ਜਿਹੜਾ ਇਹ ਫੇਮਸ ਸੀਗਾ ਪਰਚਲਿਤ ਸੀਗਾ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਕਿਹੜੇ ਸੂਬੇਦਾਰ ਦੇ ਮੋਦੀਖਾਨੇ ਵਿੱਚ ਕੰਮ ਕੀਤਾ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾਨਾ ਲੋਦੀ ਦੇ ਮੋਦੀਖਾਨੇ ਦੇ ਵਿੱਚ ਕੰਮ ਕੀਤਾ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਮੋਦੀਖਾਨਾ ਤੋਂ ਕੀ ਭਾਵ ਹੈ ਹਾਂਜੀ ਮੋਦੀਖਾਨਾ ਤੋਂ ਕੀ ਭਾਵ ਆ ਮੋਦੀਖਾਨਾ ਤੋਂ ਭਾਵ ਆ ਜੀ ਅੰਨ ਭੰਡਾਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਸਭ ਤੋਂ ਵੱਧ ਸਮਾ ਸਮਾਮਾ ਜਿਹੜਾ ਲਗਾਇਆ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਮੈਂ ਉਦਾਸੀਆਂ ਦਾ ਸਮਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਕਿਹੜੀ ਉਦਾਸੀ ਗੁਰੂ ਨਾਨਕ ਦੇਵ ਜੀ ਨੇ ਕਦੋਂ ਤੋਂ ਕਦੋਂ ਕੀਤੀ ਤਾਂ ਦੱਸੋ ਹੁਣ ਕਮੈਂਟ ਬਾਕਸ ਦੇ ਵਿੱਚ ਪਹਿਲੀ ਉਦਾਸੀ ਗੁਰੂ ਨਾਨਕ ਦੇਵ ਜੀ ਨੇ 1497 ਤੋਂ 1500 1508 ਈਸਵੀ ਤੱਕ ਜਿਹੜੀ ਕੀਤੀ ਸੀਗੀ 1497 ਤੋਂ 1508 ਦੂਸਰੀ ਉਦਾਸੀ ਗੁਰੂ ਨਾਨਕ ਦੇਵ ਜੀ ਨੇ 1510 ਤੋਂ 1515 ਤੱਕ ਕੀਤੀ ਠੀਕ ਹੈ ਤੀਜੀ ਉਦਾਸੀ 1516 ਤੋਂ 1518 ਤੱਕ ਕੀਤੀ ਫਿਰ ਚੌਥੀ ਉਦਾਸੀ 1518 ਤੋਂ 1522 ਦੇ ਵਿੱਚ ਕਵਰ ਕੀਤੀ ਸੀ ਉਸ ਤੋਂ ਬਾਅਦ ਅੰਤਿਮ ਸਮੇਂ ਦੇ ਵਿੱਚ ਉਹ ਆਪਣਾ ਕਰਤਾਰਪੁਰ ਆ ਗਏ ਸੀ ਠੀਕ ਹੈ ਤਾਂ ਹੁਣ ਕਿਹੜੇ ਉਦਾਸੀ ਦੌਰਾਨ ਗੁਰੂ ਜੀ ਨੇ ਬੱਦ ਸਮਾ ਲਗਾਇਆ ਸਭ ਤੋਂ ਵੱਧ ਸਮਾਂ ਲਗਾਇਆ ਜੀ ਦੂਜੀ ਉਦਾਸੀ ਦੇ ਦੌਰਾਨ অপশন বি ਇਸ ਦਾ রাইਟ ਆਨਸ ਸੌਰੀ ਪਹਿਲੀ ਉਦਾਸੀ ਦੇ ਦੌਰਾਨ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਦਾ ਸਭ ਤੋਂ ਵੱਧ ਸਮਾਂ ਲੱਗਿਆ ਇੱਥੇ ਮੈਂ ਤੁਹਾਨੂੰ ਬੋਲਣ ਵਾਲੀ ਸੀ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਕੀ ਕਿਹੜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਕਟ ਸਮਾ ਲਗਾਇਆ ਮੇਰੇ ਮਾਈਂਡ ਦੇ ਵਿੱਚ ਇਹ ਚੱਲ ਪਿਆ ਤਾਂ ਉਸ ਜਦੋਂ ਮਾਈਂਡ ਦੇ ਵਿੱਚ ਕੁਝ ਹੋਰ ਆ ਜਾਂਦਾ ਨਾ ਉਦੋਂ ਇਧਰ ਆਪਸ਼ਨ ਤੇ ਨਹੀਂ ਧਿਆਨ ਰਹਿੰਦਾ ਇਸ ਕਰਕੇ ਕਈ ਵਾਰ ਹੋ ਜਾਂਦਾ ਕਿ ਅੱਗੇ ਪਿੱਛੇ ਗਲਤ ਬੋਲ ਦਿੰਨੀ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਆਨਸਰ ਗਲਤ ਹੋ ਜਾਂਦਾ ਵਾ ਠੀਕ ਹੈ ਬਹੁਤ ਸਾਰੇ ਸਟੂਡੈਂਟਸ ਫਿਰ ਕਮੈਂਟ ਕਰਦੇ ਨੇ ਕਿ ਮੈਡਮ ਇਹਦਾ ਤਾਂ ਆਨਸਰ ਏ ਆਉਣਾ ਸੀ ਤੁਸੀਂ ਟਿਕ ਕਿਸੇ ਹੋਰ ਤੇ ਲਗਾ ਰਹੇ ਹੋ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਇਟ ਇ ਪਹਿਲੇ ਉਦਾਸੀ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਯੋਗ ਸਰੋਤ ਕਿਹੜਾ ਹੈ ਹਾਂਜੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਸਾਨੂੰ ਜਾਣਕਾਰੀ ਮਿਲਦੀ ਆ ਸਭ ਤੋਂ ਯੋਗ ਸਰੋਤ ਆ ਜਨਮ ਸਾਖੀਆਂ ਜਿਸ ਦੀ ਰਚਨਾ ਕੀਤੀ ਸੀ ਗੁਰੂ ਅੰਗਦ ਦੇਵ ਜੀ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇ ਉਹਨਾਂ ਦਾ ਸਾਥੀ ਕੌਣ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸਮੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹ ਸੀ ਭਾਈ ਵਾਲਾ ਜੀ ਅਤੇ ਭਾਈ ਮਰਦਾਨਾ ਜੀ ਉਪਰੋਕ ਦੋਵੇਂ ਹੀ ਆ ਏ ਬੀ ਏ ਬੀ ਦੋਵੇਂ ਹੀ ਗੁਰੂ ਜੀ ਦੇ ਨਾਲ ਸੀਗੇ ਜਦੋਂ ਉਦਾਸੀਆਂ ਉਹਨਾਂ ਨੇ ਕੀਤੀਆਂ ਸੀਗੀਆਂ ਨੈਕਸਟ ਹੈ ਭਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਸਨ ਹਾਂਜੀ ਭਾਈ ਮਰਦਾਨਾ ਜੀ ਰਵਾਬ ਸਾਜ਼ ਆ ਜਿਹੜਾ ਉਭਜਾਉਂਦੇ ਸੀ ਰਵਾਬ ਰਵਾਬ ਤੁਹਾਨੂੰ ਇਹ ਵੀ ਆ ਸਕਦਾ ਕਿ ਰਵਾਬ ਕੀ ਹੈ ਰਵਾਬ ਇੱਕ ਸਾਜ਼ ਆ ਤੇ ਰਵਾਬ ਦਾ ਸਬੰਧ ਕਿਹੜੇ ਦੇਸ਼ ਨਾਲ ਆ ਅਫਗਾਨਿਸਤਾਨ ਨਾਲ ਆ ਇਹ ਵੀ ਆ ਸਕਦਾ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੁਧਾਰਕ ਮੰਨਣ ਵਾਲੇ ਇਤਿਹਾਸਕਾਰ ਦਾ ਨਾਮ ਦੱਸੋ ਹਾਂਜੀ ਉਹ ਕਿਹੜੇ ਇਤਿਹਾਸਕਾਰ ਆ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੁਧਾਰਕ ਮੰਨਣ ਵਾਲੇ ਆ ਤਾਂ ਆਪਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਡਾਕਟਰ ਗੋਕਲ ਚੰਦਨarang ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੁਧਾਰਕ ਮੰਨਿਆ ਯਾਨੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਸੁਧਾਰ ਕੀਤਾ ਸੀ ਠੀਕ ਹੈ ਇਸ ਕਰਕੇ ਮੰਨਿਆ ਨੈਕਸਟ ਹੈ ਚੇਤਨਿਆ ਪ੍ਰਭੂ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਹਾਂਜੀ ਚੇਤਨਿਆ ਪ੍ਰਭੂ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਪਹਿਲੀ ਉਦਾਸੀ ਦੇ ਦੌਰਾਨ ਹੋਈ ਸੀ ਤੇ ਇਹ ਜਿਹੜੀ ਮੁਲਾਕਾਤ ਹੋਈ ਸੀ ਜਗਨਨਾਥਪੁਰੀ ਦੇ ਵਿੱਚ ਹੋਈ ਸੀ ਆਪਸ਼ਨ ਬੀ ਇਸ ਆ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਹਾਂਜੀ ਗੁਰੂ ਨਾਨਕ ਦੇਵ ਜੀ ਦਾ ਜਨਮ 15ਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਇਆ ਜੇਕਰ ਵੈਸੀ 14ਵੀਂ ਸਦੀ ਆ ਜਾਂਦਾ 14ਵੀਂ ਸਦੀ ਆ ਜਾਂਦਾ 15ਵੀਂ ਸਦੀ ਆ ਜਾਂਦਾ ਤੇ 16ਵੀਂ 13ਵੀਂ ਆ ਜਾਂਦਾ ਨਾ ਆ ਨਾ ਹੁੰਦਾ ਪਿਛਲੇ ਅੱਧ ਤੁਸੀਂ ਦੇਖੋ 1400 ਤੋਂ 1401 ਤੋਂ ਲੈ ਕੇ 1500 ਤੱਕ ਬਣਦੀ ਆ 15ਵੀਂ ਸਦੀ ਠੀਕ ਹੈ ਸੇਮ ਇਸੇ ਤਰ੍ਹਾਂ 1501 ਤੋਂ ਲੈ ਕੇ 1600 ਤੱਕ ਬਣਦੀ ਆ ਕਿਹੜੀ ਸਦੀ ਬਣੂਗੀ 16ਵੀਂ ਸਦੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਤਾਂ ਹੁਣ ਗੁਰੂ ਨਾਨਕ ਦੇਵ ਜੀ ਦਾ ਜਨਮ 15ਵੀਂ ਸਦੀ ਦੇ ਪਿਛਲੇ ਹੱਦ ਦੇ ਵਿੱਚ ਹੋਇਆ ਨੈਕਸਟ ਹੈ ਬਾਲਕ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਕਿਹੜਾ ਪੰਡਿਤ ਬੁਲਾਇਆ ਗਿਆ ਸੀ ਬਹੁਤ ਇੰਪੋਰਟੈਂਟ ਐਮਸੀਕਿਊ ਹੈ ਇਹ ਹਾਂਜੀ ਬਾਲਕ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਦੇ ਲਈ ਪੰਡਿਤ ਹਰਿਆदयाल ਜੀ ਆਏ ਸੀ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਕੌਣ ਨਹੀਂ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੀ ਚੇਤਨਿਆ ਮਹਾਪਰਭੂ ਸੰਤ ਕਬੀਰ ਬੱਲਬਾचार्य ਤੇ ਮਹਾਤਮਾ ਬੁੱਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਨਹੀਂ ਸੀ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਉਲਮਾ ਕੌਣ ਸੀ ਹਾਂਜੀ ਉਲਮਾ ਉਲਮਾ ਕੌਣ ਸੀਗਾ ਇਸਲਾਮ ਧਰਮ ਦਾ ਇੱਕ ਧਾਰਮਿਕ ਨੇਤਾ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਈਸ਼ਵਰ ਦੀ ਮਹਿਮਾ ਦਾ ਜ਼ਿਕਰ ਕੀਤਾ ਹਾਂਜੀ ਈਸ਼ਵਰ ਦੀ ਮਹਿਮਾ ਦਾ ਰੱਬ ਦੀ ਮਹਿਮਾ ਦਾ ਜ਼ਿਕਰ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰ ਦਰਜ ਹਨ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰ ਦਰਜ ਹਨ ਜਪਜੀ ਸਾਹਿਬ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਨਦਰ ਸ਼ਬਦ ਦਾ ਸਬਦਿਕ ਅਰਥ ਕੀ ਹੈ ਹਾਂਜੀ ਨਦਰ ਵੈਰੀ ਇੰਪੋਰਟੈਂਟ ਨਦਰ ਸ਼ਬਦ ਦਾ ਜਿਹੜਾ ਸ਼ਾਬਦਿਕ ਅਰਥ ਆ ਇਸ ਦਾ ਮਤਲਬ ਆ ਰੱਬ ਦੀ ਕਿਰਪਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਹੁਕਮ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ਹਾਂਜੀ ਹੁਕਮ ਹੁਕਮ ਸ਼ਬਦ ਦਾ ਸ਼ਾਬਦਿਕ ਅਰਥ ਆ ਰੱਬ ਦਾ ਆਦੇਸ਼ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਮੱਕਾ ਤੇ ਮਦੀਨਾ ਦੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੇ ਦੌਰਾਨ ਕੀਤੀ ਹਾਂਜੀ ਆਪਾਂ ਉਦਾਸੀਆਂ ਬਾਰੇ ਗੱਲ ਕਰ ਚੁੱਕੇ ਹਾਂ ਮੈਂ ਤੁਹਾਨੂੰ ਦੱਸ ਵੀ ਚੁੱਕੀ ਹਾਂ ਕਿ ਮੱਕਾ ਮਦੀਨਾ ਦੀ ਉਦਾਸ ਮੱਕਾ ਮਦੀਨਾ ਦੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਦੇ ਵਿੱਚ ਕੀਤੀ ਇਸ ਤਰ੍ਹਾਂ ਦੇ MCQ ਨਾ ਆ ਜਾਣ ਇਸ ਕਰਕੇ ਮੈਂ ਦੁਬਾਰਾ ਤੁਹਾਨੂੰ ਇਹ ਟੌਪਿਕ ਕਵਰ ਕਰਵਾਇਆ ਗੁਰੂ ਨਾਨਕ ਦੇਵ ਜੀ ਠੀਕ ਹੈ ਕਿਉਂਕਿ ਪਹਿਲੇ ਪਹਿਲੇ ਟੋਪਿਕ ਦੇ ਵਿੱਚ ਆਪਾਂ ਉਦਾਸੀਆਂ ਦੀ ਗੱਲ ਤਾਂ ਕੀਤੀ ਆ ਪਰ ਸਥਾਨਾਂ ਦੀ ਗੱਲ ਨਹੀਂ ਕੀਤੀ ਸੀ ਪਰ ਸਥਾਨ ਹੀ ਪੁੱਛੇ ਜਾ ਰਹੇ ਆ ਇਸ ਕਰਕੇ ਮੇਰੀ ਟੋਪਿਕ ਦੁਬਾਰਾ ਕਰਵਾਉਣ ਲੱਗੀ ਆ ਫਿਰ ਵੀ ਵਿੱਚੋਂ ਕੁਝ ਕੈਮਸੀਕਿਊ ਮਿਸਿੰਗ ਸੀ ਉਸ ਦੇ ਵਿੱਚੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਕੱਟ ਕਰਵਾਏ ਆ ਜੋ ਕਿ ਸਫੀਸ਼ੈਂਟ ਨਹੀਂ ਗਏ ਤੁਹਾਡੇ ਪੇਪਰ A ਤੇ ਵੀ ਦੋਮਾ ਤੋਂ ਠੀਕ ਹੈ ਨੈਕਸਟ ਹੈ ਰਵਾਵ ਕੀ ਹੈ ਹਾਂਜੀ ਰਵਾਵ ਕੀ ਹੈ ਰਵਾਵ ਇੱਕ ਸੰਗੀਤ ਸਾਜ਼ਾ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਅਨਜਨ ਮੇ ਨਿਰੰਜਨ ਰਹੀਓ ਦਾ ਸਿਧਾਂਤ ਕਿਸ ਨੇ ਦਿੱਤਾ ਹਾਂਜੀ ਅਨਜਨ ਮੇ ਨਿਰੰਜਨ ਰਹੀਓ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾਂ ਲੋਧੀ ਦੀ ਨੌਕਰੀ ਕਿੱਥੇ ਕੀਤੀ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾਂ ਲੋਧੀ ਦੀ ਨੌਕਰੀ ਕੀਤੀ ਸੀ ਕਿੱਥੇ ਕੀਤੀ ਸੀ ਸੁਲਤਾਨਪੁਰ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤਖਾ ਲੋਦੀ ਦੀ ਨੌਕਰੀ ਕੀਤੀ ਸੀ ਠੀਕ ਹੈ ਨੈਕਸਟ ਹੈ ਜੀ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਦੇ ਹਨ ਤਾਂ ਇਹ ਸ਼ਬਦ ਨੇ ਜੀ ਗੁਰੂ ਨਾਨਕ ਦੇਵ ਜੀ ਦੇ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਇਨਾਂ ਸ਼ਬਦਾਂ ਨੂੰ ਅਸੀਂ ਮੂਲ ਮੰਤਰ ਬੋਲਦੇ ਹਾਂ ਪਤਾ ਨਾ ਤੁਹਾਨੂੰ ਇਹ ਵੀ ਸਾਰਾ ਤੁਹਾਨੂੰ ਆ ਸਕਦਾ ਹੈ ਕਿ ਮੂਲ ਮੰਤਰ ਇਹਨਾਂ ਦੇ ਵਿੱਚੋਂ ਕਿਹੜਾ ਕਿਸ ਨੂੰ ਬੋਲਿਆ ਗਿਆ ਹੈ ਫਿਰ ਵੀ ਤੁਸੀਂ ਧਿਆਨ ਰੱਖਣਾ ਅੱਗੇ ਗੁਰੂ ਨਾਨਕ ਦੇਵ ਜੀ ਨੇ ਈਸ਼ਵਰ ਸੰਬੰਧੀ ਵਿਚਾਰਾਂ ਵਿੱਚ ਕਿਹੜਾ ਤੱਤ ਆ ਜਿਹੜਾ ਉਹ ਟੁਕਮਾ ਆ ਟੁਕਮਾ ਆ ਟੁਕਮਾ ਮਤਲਬ ਕੀ ਮਤਲਬ ਕੀ ਗੁਰੂ ਨਾਨਕ ਦੇਵ ਜੀ ਦਾ ਕਿਹੜਾ ਇਹਨਾਂ ਦੇ ਵਿੱਚੋਂ ਤੱਤ ਨਹੀਂਗਾ ਤਕ ਇਸ਼ਵਰ ਸੁਵੰਦੀ ਤਾਂ ਦੇਖਦੇ ਰੱਬ ਨਿਰੰਕਾਰ ਸਰਬ ਵਿਆਪੀ ਤੇ ਸਰਵ ਸ਼ਕਤੀਮਾਨ ਹਾਂਜੀ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਮੂਲ ਮਾਤਰ ਦੇ ਵਿੱਚ ਮੂਲ ਮੰਤਰ ਦੇ ਵਿੱਚ ਵੀ ਇਹੀ ਦੱਸਿਆ ਵਾ ਕਿ ਜਿਹੜਾ ਰੱਬ ਆ ਉਹ ਕੀ ਆ ਕੀ ਸਰਵ ਵਿਆਪਕਾ ਸਰਵ ਸ਼ਕਤੀਮਾਨ ਤੇ ਨਿਰੰਕਾਰ ਆ ਆਪਾਂ ਪੜਿਆ ਨੀਗਾ ਨਾ ਨਿਰਭਉ ਨਿਰਵੈਰ ਅਕਾਲ ਮੂਰਤ ਯੋਨੀ ਸੈਵਨ ਗੁਰ ਪ੍ਰਸਾਦ ਜਪ ਇਹ ਸਾਰਾ ਸਾਨੂੰ ਜਪਜੀ ਸਾਹਿਬ ਦੇ ਵਿੱਚ ਮਿਲਦਾ ਵਾ ਦੇਖਣ ਨੂੰ ਤਾਂ ਆਪਸ਼ਨ ਏ ਆ ਜਿਹੜੀ ਇਹ ਠੀਕ ਆ ਉਹਨਾਂ ਨੇ ਆਹ ਟੁਕਮਾ ਪੁੱਛਿਆ ਮਤਲਬ ਗਲਤ ਪੁੱਛਿਆ ਹਾਂਜੀ ਫਿਰ ਰੱਬ ਦਾ ਕਿਸੇ ਨਾਲ ਵੈਰ ਨਹੀਂ ਨਿਰਵੈਰ ਉਸ ਦਾ ਕਿਸੇ ਨਾਲ ਵੈਰ ਨਹੀਂਗਾ ਤਾਂ ਆਪਸ਼ਨ ਬੀ ਵੀ ਠੀਕ ਆ ਉਸ ਨੇ ਮਤਲਬ ਠੀਕ ਆ ਟੁਕਮਾਵਾ ਉਸ ਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਮਤਲਬ ਉਸ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਵਾ ਠੀਕ ਹੈ ਤਾਂ ਇਹ ਵੀ ਗੁਰੂ ਨਾਨਕ ਦੇਵ ਜੀ ਦਾ ਹੀ ਸਿਧਾਂਤ ਆ ਪਰ ਰੱਬ ਨਾਸ਼ਵਾਨ ਹੈ ਉਹਨਾਂ ਨੇ ਕਦੇ ਵੀ ਰੱਬ ਦੀ ਨਿੰਦਿਆ ਨਹੀਂ ਕੀਤੀ ਗੁਰੂ ਜੀ ਨੇ ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ ਕਿ ਇਹ ਸ਼ਬਦ ਜਿਹੜਾ ਆ ਟੁਕਮਾ ਲਿਖਿਆ ਗਿਆ ਹੈ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਯੋਕਾ ਨਾਮ ਕੀ ਹੈ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਯੋਕਾ ਨਾਮ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਰਾਇਪੋਏ ਦੀ ਤਲਵੰਡੀ ਜੋ ਕਿ ਅੱਜ ਕੱਲ ਜਿਸ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਇੱਥੇ ਸੀ ਰਾਈਟ ਆਨਸਰ ਹੈ ਕਿ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਆ ਜੋ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਦਾ ਯੋਕਾ ਨਾਮ ਹੈ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਹਾਂਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸਕੇ ਹੋਇਆ ਇਹ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਇੱਕ ਪਟਵਾਰੀ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੋਰਖ ਮਤਾ ਕਿਹੜੇ ਪ੍ਰਦੇਸ਼ ਵਿੱਚ ਸਥਿਤ ਹੈ ਜਾਨੀ ਕਿ ਕਿਹੜੇ ਰਾਜ ਵਿੱਚ ਸਥਿਤ ਆ ਪ੍ਰਦੇਸ਼ ਨੂੰ ਆਪਾਂ ਰਾਜ ਬੋਲ ਦਿੰਨੇ ਆ ਠੀਕ ਹੈ ਗੋਰਖ ਮਤਾ ਕਿਹੜੇ ਨਾਮ ਕਿਹੜੇ ਪ੍ਰਦੇਸ਼ ਦੇ ਵਿੱਚ ਪੈਂਦਾ ਵਾ ਇਹ ਉੱਤਰ ਪ੍ਰਦੇਸ਼ ਚ ਪੈਂਦਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਰਵਾਬੀ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਰਵਾਬੀ ਕੌਣ ਸੀ ਭਾਈ ਮਰਦਾਨਾ ਜੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਸੰਗਤ ਤੇ ਪੰਗਤ ਨਾਮਕ ਸੰਸਥਾਵਾਂ ਦੀ ਸਥਾਪਨਾ ਕਿੱਥੇ ਕੀਤੀ ਗਈ ਹਾਂਜੀ ਸੰਗਤ ਤੇ ਪੰਗਤ ਨਾਮਕ ਸੰਸਥਾਵਾਂ ਦੀ ਸਥਾਪਨਾ ਕਰਤਾਰਪੁਰ ਦੇ ਵਿੱਚ ਕੀਤੀ ਗਈ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਸਮਕਾਲੀ ਨੂਰ ਸਾਹੀ ਕੌਣ ਸੀ ਹਾਂਜੀ ਨੂਰ ਸਾਹੀ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀ ਤੇ ਇਹ ਕੌਣ ਸੀਗੀ ਇੱਕ ਜਾਦੂਗਰਣੀ ਸੀ ਕਾਮਰੂਪ ਦੀ ਜਾਦੂਗਰਣੀ অপਸ਼ਨ ਸੀ ਇਸ ਡੀ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਸਹੀ ਜੋੜ ਬਣਾਓ ਇੱਕ ਸਾਈਡ ਅਧਿਆਪਕ ਦਾ ਨਾਮ ਲਿਖਿਆ ਦੂਸਰੀ ਸਾਈਡ ਸਿੱਖਿਆ ਲਿਖੀ ਆ ਠੀਕ ਹੈ ਪੰਡਿਤ ਗੋਪਾਲ ਇਹ ਸੀਗੇ ਪੰਡਿਤ ਗੋਪਾਲ ਗਣਿਤ ਤੇ ਹਿੰਦੀ ਦੇ ਅਧਿਆਪਕ ਠੀਕ ਹੈ ਤੇ ਮੌਲਵੀ ਕੁੱਤਬਦੀਨ ਇਹ ਫਾਰਸੀ ਤੇ ਅਰਬੀ ਠੀਕ ਹੈ ਅਰਬੀ ਤੇ ਪੰਡਿਤ ਬਿਰਜਨਾਥ ਇੱਕੀ ਦੇ ਅਧਿਆਪਕ ਸੀ ਸੰਸਕ੍ਰਿਤ ਦੇ ਤਾਂ ਆਪਸ਼ਨ ਊੜਾ ਹੀ ਇੱਥੇ ਸੌਰੀ ਊੜਾ ਨਹੀਂਗਾ ਆਪਸ਼ਨ ਊੜਾ ਨਹੀਂਗਾ ਆਪਸ਼ਨ ਇੱਥੇ ਰਾਈਟ ਆਨਸਰ ਬਣੇਗਾ ਜੀ ਪਹਿਲੇ ਦਾ ਪਹਿਲੇ ਦਾ ਆੜਾ ਠੀਕ ਹੈ ਬਾਈ ਮਿਸਟੇਕ ਹੈ ਆਪਸ਼ਨ ਵੀ ਗਲਤ ਹੋਗੀ ਟਾਈਪ ਤਾਂ ਪਹਿਲੇ ਦਾ ਜੋ ਤੁਹਾਡੇ ਕੋਲੇ ਬਣੇਗਾ ਆੜਾ ਦੂਸਰੇ ਦਾ ਊੜਾ ਠੀਕ ਹੈ অপਸ਼ਨ B ਬਣ ਰਹੀ ਹੈ ਤੀਸਰੇ ਦਾ ED ਤਾਂ ਇਹ ਦੇਖ ਲਓ ਕਿ세 ਹੋਰ অপਸ਼ਨ ਦੇ ਵਿੱਚ ਤਾਂ ਨਹੀਂਗਾ ਫਿਰ অপਸ਼ਨ B ਹੀ ਸੀ ਮੇਰੇ ਕੋਲ ਨੈਕਸਟ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਮੁਸਲਿਮ ਸਮਾਜ ਕਿੰਨੀਆਂ ਸ੍ਰੈਣੀਆਂ ਵਿੱਚ ਵੰਡਿਆ ਹੋਇਆ ਸੀ ਹਾਂਜੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਹਨਾਂ ਦੇ ਜਨਮ ਸਮੇ ਮੁਸਲਿਮ ਸਮਾਜ ਦੀਆਂ ਜਿਹੜੀਆਂ ਸ੍ਰੈਣੀਆਂ ਸੀਗੀਆਂ ਉਹ ਸਹੀਆਂ 3 ਕਿਹੜੀਆਂ ਕਿਹੜੀਆਂ ਸੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਨੈਕਸਟ ਹੈ ਜੁਨੇਊ ਦੀ ਰਸਮ ਸਮਾਜ ਵਿੱਚ ਕੋਦੋਂ ਨਿਵਾਇ ਜਾਂਦੀ ਹੈ ਹਾਂਜੀ ਜਨੂਵ ਦੀ ਰਸਮ ਸਮਾਜ ਦੇ ਵਿੱਚ ਬਚਪਨ ਸਮੇ ਨਿਵਾਇ ਜਾਂਦੀ ਹੈ অপਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜਨੇਊ ਕੀ ਹੈ ਹਾਂਜੀ ਜਨੇਊ ਇੱਕ ਸੂਤੀ ਧਾਗਾ ਹੈ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ ਹਾਂਜੀ ਪੰਜਾ ਸਾਹਿਬ ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ ਸੀ हसन ਅਬਦਾਲ ਦਾ অপশন নাম্বার সি ইজ দা রাইট आंसर ਤੁਹਾਨੂੰ ਪੁੱਛਿਆ ਜਾ ਸਕਦਾ ਕਿ ਪੰਜਾ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਹਸਨ ਅਬਦਾਲ ਨੈਕਸਟ ਹੈ ਅੰਜਨ ਮੇ ਨਿਰੰਜਨ ਤੋਂ ਕੀ ਭਾਵ ਹੈ ਹਾਂਜੀ ਅੰਜਨ ਮੇ ਨਿਰੰਜਨ ਆਪਾਂ ਪਿੱਛੇ ਕਰਕੇ ਗਏ ਆ ਅੰਜਨ ਮੇ ਨਿਰੰਜਨ ਇਹ ਆਪਾਂ ਨੂੰ ਆਪਾਂ ਪਿੱਛੇ MCQ ਕੀਤਾ ਕਿ ਅੰਜਨ ਮੇ ਨਿਰੰਜਨ ਦਾ ਸਿਧਾਂਤ ਕਿੰਨਾ ਨੇ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀਗਾ ਤੇ ਇਸ ਸਿਧਾਂਤ ਦਾ ਮਤਲਬ ਕੀ ਹੈ ਕਿ ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਾਦਾ ਜੀਵਨ ਬਤੀਤ ਕਰਨਾ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਪੰਜਾਬ ਸੀਗਾ ਉਹ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਤਾਂ ਲਾਹੌਰ ਲਾਹੌਰ ਨਾਮ ਆ ਤੁਹਾਨੂੰ ਪਤਾ ਲਾਹੌਰ ਪ੍ਰਾਂਤ ਦਾ ਨਾਮ ਆ ਜਿਹੜਾ ਉਹ ਕਿੰਨਾ ਨੇ ਦਿੱਤਾ ਸੀਗਾ ਨਹਾਰ ਪ੍ਰਾਂਦਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਚ ਅਨੰਦ ਦਾ ਨਾਮ ਆ ਜਿਹੜਾ ਰਮਾਇਣ ਤੇ ਮਹਾਭਾਰਤ ਵਿੱਚ ਦਿੱਤਾ ਗਿਆ ਤੇ ਕਿ ਤਾਂ ਇੰਨਾ ਵਿੱਚੋਂ ਕੋਈ ਵੀ ਨਹੀਂਗਾ ਇੰਨਾ ਵਿੱਚੋਂ ਕੋਈ ਵੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜੇ ਨਾਮ ਨਾਲ ਪੰਜਾਬ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਉਸ ਸਮੇਂ ਪੰਜਾਬ ਦਾ ਨਾਮ ਹੋ ਸਕਦਾ ਸੰਪਤ ਸਿੱਧੂ ਹੋਵੇ ਕਿਉਂਕਿ ਸੰਪਤ ਸਿੱਧੂ ਹੀ ਸੱਤ ਨਦੀਆਂ ਬੈਂਦੀਆਂ ਸੀ ਨਾ ਤਾਂ ਪੰਜਾਬ ਦੀ ਕੋਈ ਵੰਡ ਹੋਈ ਹੋਈ ਸੀ ਤਾਂ ਸਭ ਤੋਂ ਮੇਨ ਅਰਥ ਹੈ ਕਿ ਜੋ ਪੰਜਾਬ ਦਾ ਨਾਮ ਸੀ ਉਸ ਸਮੇਂ ਉਹ ਸੰਪਤ ਸਿੱਧੂ ਹੀ ਹੋਵੇਗਾ ਠੀਕ ਹੈ ਜਿਹਨੂੰ ਅਸੀਂ ਰਿਗਵੇਦ ਦੇ ਵਿੱਚ ਵੀ ਪੜ੍ਹਦੇ ਆਂ ਤੇ ਇਹੀ ਮੇਨ ਇੰਪੋਰਟੈਂਟ ਹੈ ਕਿ ਸੰਪਤ ਸਿੱਧੂ ਤੇ ਯੂਨਾਨੀਆਂ ਨੇ ਵੀ ਦਿੱਤਾ ਸੀਗਾ ਪੈਂਟਾਪੋਟਾਮੀਆ ਠੀਕ ਹੈ ਕੁਝ ਆਨਸਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆ ਆਪਸ਼ਨ ਤੇ ਡਿਪੈਂਡ ਕਰਦੇ ਨੇ ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਪੰਚਨੰਦ ਦਾ ਨੈਕਸਟ ਹੈ ਜੀ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਜਨਮ ਸਮੇ ਪੰਜਾਬ ਵਿੱਚ ਪ੍ਰਮੁੱਖ ਧਰਮ ਕਿਹੜਾ ਸੀ ਹਾਂਜੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇ ਪੰਜਾਬ ਦੇ ਵਿੱਚ ਜਿਹੜਾ ਪ੍ਰਮੁੱਖ ਧਰਮ ਸੀਗਾ ਉਹ ਸੀਗਾ ਹਿੰਦੂ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਹ ਕਿਹੜੀ ਰਚਨਾਵਾਂ ਜਿਸ ਨੂੰ ਇਸਤਰੀ ਜਿਸ ਦੇ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਵਾ ਆਸਾ ਦੀ ਵਾਰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜਨੇਊ ਦੀ ਰਸਮ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਕੀਤਾ ਹਾਂਜੀ ਜਨੇਊ ਦੀ ਰਸਮ ਦਾ ਜ਼ਿਕਰ ਵੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਹੀ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਜਪਜੀ ਸਾਹਿਬ ਜਿਸ ਦੇ ਵਿੱਚ ਟਰਪ ਦੀ ਮਹਿਮਾ ਕੀਤੀ ਗਈ ਹੈ ਜਪਜੀ ਸਾਹਿਬ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਕੀਤੀ ਸੀ ਕਰਤਾਰਪੁਰ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਸ਼੍ਰੀ ਗੁਰੂ ਨਾਨਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ ਵੈਰੀ ਵੈਰੀ ਇੰਪੋਰਟੈਂਟ ਹੈ ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਕਿੰਨੇ ਸ਼ਬਦ ਆ ਜਿਹੜੇ ਉਹ ਦਰਜ ਆ 974 ਠੀਕ ਹੈ অপਸ਼ਨ ਬੀ ਇਸ ਆ ਰਾਈਟ ਆਨਸਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਿਲੇਟਡ ਜੋ ਵੀ ਮੈਂ ਤੁਹਾਨੂੰ ਫੈਕਟ ਦੱਸਦੀ ਹਾਂ ਨਾ ਉਹਨੂੰ ਨਾਲ ਹੀ ਨੋਟ ਕਰ ਲਿਆ ਕਰੋ ਜਿਹੜੇ ਗੁਰੂ ਨਾਲ ਰਿਲੇਟਡ ਮਰਜ਼ੀ ਆ ਜਾਣ ਠੀਕ ਹੈ ਨਾਲ ਹੀ ਨੋਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹੁਣ ਆਪਾਂ ਗੱਲ ਕਰ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ ਜੀ ਜਪਜੀ ਸਾਹਿਬ ਠੀਕ ਹੈ ਆਸਾ ਦੀ ਵਾਰ ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਰਚਨਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਬਾਣੀ ਤੋਂ ਬਿਨਾਂ ਇੱਕ ਇੰਪੋਰਟੈਂਟ ਆ ਕਿ ਜਪਜੀ ਸਾਹਿਬ ਕਿਹੜੇ ਰਾਗ ਵਿੱਚ ਲਿਖੀ ਗਈ ਆ ਜਪਜੀ ਸਾਹਿਬ ਦੇ ਵਿੱਚ ਕੋਈ ਵੀ ਰਾਗ ਨਹੀਂਗਾ ਕਿੰਨੀਆਂ ਪੌੜੀਆਂ ਨੇ 38 ਆ ਠੀਕ ਹੈ ਕਿੰਨੇ ਸ਼ਲੋਕ ਆ ਦੋ ਆ ਆਸਾਂ ਦੀ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਨੇ 24 ਇਹ ਬਾਣੀ ਕਿਹੜੇ ਵੇਲੇ پڑھی ਜਾਂਦੀ ਆ ਅਮ੍ਰਿਤ ਵੇਲੇ ਫਿਰ ਇਸ ਤੋਂ ਇਲਾਵਾ ਸਿੱਧੂ ਕੋਸਟ ਠੀਕ ਹੈ ਏਕ ਓੰਕਾਰ 12 ਮਾ ਜਿਗਰੂ ਨਾਨਕ ਦੇਵ ਜੀ ਨੇ ਜਿਹੜੀ 12 ਮਾ ਲਿਖੀ ਆ ਤੁਖਾਰੀ ਰਾਗ ਦੇ ਵਿੱਚ ਲਿਖੀ ਆ ਠੀਕ ਹੈ ਫਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਪੱਟੀ ਇਹ ਬਾਣੀ ਆ ਜਿਹੜੀ ਅੱਖਰਾਂ ਨਾਲ ਸੰਬੰਧਿਤ ਆ ਠੀਕ ਹੈ ਇਹਨਾਂ ਜ਼ਰੂਰ ਧਿਆਨ ਰੱਖਣਾ ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਸੰਖਿਆ ਆਪਾਂ ਨੂੰ ਸਿੱਖਿਆਵਾਂ ਦਿੱਤੀਆਂ ਵਾ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦੇ ਸ਼ਾਸਕ ਸੀਗੇ ਇਬਰਾਹਿਮ ਲੋਧੀ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਭਗਤੀ ਲਹਿਰ ਨਾਲ ਜੁੜਨ ਤੋਂ ਪਹਿਲਾਂ ਕਿਹੜੇ ਮਤ ਵਿੱਚ ਵਿਸ਼ਵਾਸ ਰੱਖਦੇ ਸਨ ਹਾਂਜੀ ਗੁਰੂ ਨਾਨਕ ਦੇਵ ਜੀ ਭਗਵਾਨ ਭਗਤੀ ਲਹਿਰ ਦੇ ਨਾਲ ਜੁੜਨ ਤੋਂ ਪਹਿਲਾਂ ਕਿਹੜੇ ਮਤ ਦੇ ਵਿੱਚ ਮਤ ਮਤ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਕੋਈ ਵੀ ਨਹੀਂ অপশন ডি ਇਸ ਦਾ রাইট आंसर है कि इनना ਵਿੱਚੋਂ ਕੋਈ ਨਹੀਂ ਗੁਰੂ ਜੀ ਸ਼ੁਰੂ ਤੋਂ ਹੀ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਜਾਨੀ ਕਿ ਨਾਮ ਜਪਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ नेक्स्ट ਹੈ ਗੁਰੂ ਨਾਨਕ ਦੇਵ ਜੀ ਦਾ শ্রীলঙ্কা ਦਾ ਸਮਕਾਲੀਨ ਸ਼ਾਸਕ ਕੌਣ ਸੀ ਹਾਂਜੀ ਗੁਰੂ ਨਾਨਕ ਦੇਵ ਜੀ শ্রীলঙ্কা ਦੇ ਵਿੱਚ ਵੀ ਗਏ ਸੀ ਆਪਣੀ ਉਦਾਸੀ ਦੇ ਦੌਰਾਨ ਠੀਕ ਹੈ ਤੇ ਇੱਥੇ ਇਹਨਾਂ ਦੇ ਸਮਕਾਲੀਨ ਚ ਇਹਨਾਂ ਦਾ ਮਿਲਨ ਕਿੰਨਾ ਨਾਲ ਹੋਇਆ ਸੀ ਸ਼ਿਵਨਾਵ ਨਾਲ অপশন B ਇਸ ਦਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ